चलो गुड्डू दे आती हूँ चाबी। चल चल लेके आती हूँ। की करन दा तेरे? कुछ नहीं, मैं वेली होके बैठी हूँ। सब्जी धर ली? हाँ धर आई हूँ, कद्दू की सब्जी धरी हूँ, बैठी हूँ। गर्मी ਤੁਹਾਡਾ ਫੋਨ ਆਉਂਦਿਆ ਸੀ ਅੰਦਰ, ਚੁੱਕਿਆ ਨਹੀਂ? ਫੋਨ ਆਉਂਦਿਆ ਸੀ? ਅੱਛਾ ਅੱਛਾ ਤੁਹਾਡੇ ਫੋਨ ਤੇ ਕਰਦੇ ਰਹਿ ਕੇ ਤੇ ਤੁਸੀਂ ਤੇ ਚੁੱਕਿਆ ਨਹੀਂ, ਤੇ ਫਿਰ ਮੇਰੇ ਫੋਨ ਤੇ ਕੀਤਾ ਤੇ ਮੈਂ ਅੰਦਰ ਹੀ ਹਾਂ ਤੇ ਉਹ ਕਹਿੰਦੇ ਮੈਂ ਆਉਣ ਲੱਗੂ। ਚਲ ਕੋਈ ਨਹੀਂ, ਆ ਜਾ ਹੁਣ ਹੀ ਆ। ਵਧੀਆ ਗੱਲ ਆ, ਮੈਂ ਸਭ ਤੋਂ ਫਿਰ ਆਪਾਂ ਕੱਦੂ ਧਰੇ ਤੇ ਫਿਰ ਨਾਲ ਕੁਛ ਹੋਰ ਵੀ ਬਣਾਉਂਦੇ, ਨਾਲ ਪਨੀਰ ਗਏ ਨੇ ਸ਼ਹਿਰ, ਆਪਾਂ ਕਹਿ ਦਿੰਦੇ ਮਟਰ ਪਨੀਰ ਲਈ ਆਉਂਦੇ। ਹਾਂ ਫੋਨ ਕਰ ਦੋ। ਆਹੋ ਇਦਾਂ ਕਰਦੇ, ਪਨੀਰ ਦੁੱਧ ਪਿਆ ਘਰ ਦਾ ਬਣਾ ਲੈਂਦੇ, ਬਾਜ਼ਾਰੀ ਤੇ ਜੀ ਨਹੀਂ ਕਰਦਾ ਖਾਣ ਨੂੰ ਤੇ ਫਿਰ ਘਰ ਦਾ ਬਣਾ ਲੈਂਦੇ ਥੋੜਾ ਜਿਹਾ ਜੋਗਾ। ਓਹਦੇ ਵਾਸਤੇ ਬਣਾ ਲੈਣੇ ਆ ਥੋੜਾ ਥੋੜਾ ਸਮਾਨ। ਤੇ ਚੱਲ ਕਿਹੜਾ ਨੇ ਡੇਲੀ ਆਉਣਾ, ਕੱਲੇ ਆਉਣਾ ਕਿ ਆਉਣਾ ਵਾ ਬੱਚੇ ਵੀ ਨਾਲ? ਦੀਦੀ ਕੱਲੇ ਆਉਣ ਲੱਗੇ ਸ਼ਾਇਦ। ਚੱਲ ਇੰਜ ਕਰੀਏ ਦੀਦੀ, ਸ਼ਾਮਾਂ ਤੇ ਪੈ ਗਿਆ ਵਾ, ਆਪਾਂ ਕਰ ਲਈਏ ਕੰਮ ਕੁੰਮ, ਫਿਰ ਨਿਆਣੇ ਵੀ ਸਤਾਉਣ ਲੱਗ ਪੈਂਦੇ ਸ਼ਾਮਾਂ ਦੇ ਟਾਈਮ ਨਾਲ, ਹੈ ਤੇ ਕੋਈ ਬਣਾ ਲਈਏ ਦੋਵੇਂ ਜਣੇ ਰਲ ਮਿਲ ਕੇ, ਇੱਕ ਚੀਜ਼ ਤੂੰ ਬਣਾ ਲੈ ਇੱਕ ਮੈਂ ਬਣਾ ਲੈ, ਕੀ ਆਪਣਾ ਕੰਮ ਹੋ ਜਾਣਾ। ਹਾਂ ਤੇਰੀ ਦੀਦੀ ਵੀ ਆਉਣ ਹੀ ਵਾਲੇ ਹੋਣੇ ਆ, ਕਦੋਂ ਦਾ ਫੋਨ ਆਇਆ? ਹਾਂ ਪਰ ਕਿੱਧਰ ਗਏ ਰਹਿੰਦੇ ਨਾ ਗਵਾਂਢੀ, ਦੀਦੀ ਕਿੱਧਰ ਚੜੇ ਰਹਿੰਦੇ ਰੋਜ਼? ਡੇਲੀ ਚੜੇ ਰਹਿੰਦੇ। ਕੋਈ ਨਹੀਂ, ਮੈਨੂੰ ਲੱਗਦਾ ਨਹੀਂ ਮੁੰਡਾ ਵੀ ਮੰਗਣਾ ਵੀ ਆਉਣਾ ਵਾ, ਉਧਰ ਭੱਜੇ ਫਿਰਦੇ ਰਿਸ਼ਤੇ ਲਈ। ਮੈਂ ਸੁਣੀ ਸੀ ਗੱਲ, ਆਪਣਾ ਵਿਆਹ ਆ ਜੂ ਮਾੜਾ ਦੱਸ। ਆਹੋ ਤੇ ਮੈਂ ਨਾ ਕਰਦਿਆਂ ਕਰਦਿਆਂ ਗੱਲ ਸੁਣੀ ਵੀ ਸੀ, ਆਉਂਦੀ ਸੀ ਪੰਜ ਹੀ ਬੰਦੇ ਸੱਜਣੇ ਤੇ ਤਾਂ ਪਤਾ ਲੱਗ ਗਈ ਲੈ ਆਉਣੀ ਕੁੜੀ ਇੱਥੇ ਹੋ ਕੇ ਦੱਸ। ਚੱਲ ਕੋਈ ਬਣਾਓ ਫਿਰ। ਕਿੱਥੇ ਬੜੀ ਕਿ ਸਕਦੇ ਨਹੀਂ ਦੱਸ, ਮੈਂ ਦੱਸਿਆ ਤਾਂ ਹੈਗਾ ਸੀ ਵੀ ਮੈਂ ਆਉਣਾ ਵਾ, ਕਿੱਧਰ ਗਈਆਂ? ਪਾਣੀ ਲਿਆ ਕੁੱਟ, ਬੜੀ ਗਰਮੀ ਪੁੱਛਣ ਗਈ ਮੈਂ ਕਿੱਥੇ ਆਸਮੀਨ, ਖੇਡਦੀ ਇਹਨਾਂ ਨੂੰ ਵੇਖਣ ਗਈ ਹਾਂ ਕਿੱਧਰ ਨੂੰ ਗਈਆਂ ਵਾ, ਪੜ੍ਹਦੀਆਂ ਨੀ ਪੇਪਰ ਉੱਤੋਂ ਆਏ ਪਏ, ਧਿਆਨ ਕਰਦੀ ਦਿੰਦੀ ਆ। ਤੂੰ ਹੋਰ ਸੁਣਾ? ਬਸ ਵਧੀਆ ਵੀਰ, ਇਹਦੀ ਕਿੱਥੇ ਕੀ ਕਰਦਾ? ਕੁਛ ਨੀ, ਉਹ ਵੀ ਗਿਆ ਹੀ ਬਾਹਰ। ਅੱਛਾ ਹਾਂ, ਪਤਾ ਨੀ ਖਾਸੀ ਨੂੰ ਗਿਆ ਹੀ। ਅੱਛਾ ਅੱਛਾ ਹੋਰ ਤੂੰ ਸੁਣਾ ਘਰੇ? ਵਧੀਆ ਵਧੀਆ। ਮੈਂ ਪ੍ਰੀਤ ਨੂੰ ਮੇਰਾ ਚਾਅ ਨੀ ਚੜਿਆ, ਮੈਨੂੰ ਮਿਲਣੀ ਨੀ ਆਈ, ਕੋਈ ਕੰਮ ਕਰਨ ਦੇ ਕੋਈ ਮੇਰੇ ਘਰ ਉੱਧਰ ਨਾ ਚਲੇ ਗਈ ਹੋਵੇ। ਦੱਸਿਆ ਸੀ ਮੇਰੇ ਆਉਣ ਦਾ? ਹਾਂ ਪਤਾ ਸੀ ਉਹਨੂੰ ਤੇ ਉਹ ਆਖਣ ਦੀ ਸਬਜ਼ੀ, ਮੈਨੂੰ ਉਹਨੇ ਦੱਸਿਆ ਤੇ। ਅੱਛਾ ਆਹੋ, ਤੇ ਆਖਣ ਦੀ ਸਬਜ਼ੀ ਸੁਜੀ। ਆਹੋ ਮੇਰੀ ਗੱਲ ਨੀ ਪ੍ਰੀਤ ਨਾਲ ਹੋਈ, ਸੱਚ ਤੁਸੀਂ ਤੇ ਫੋਨ ਹੀ ਨਹੀਂ ਚੁੱਕਿਆ। ਆਹੋ ਨਹੀਂ, ਅਸੀਂ ਲਾਪੀਆਂ ਸਫਾਈਆਂ ਸਫਾਈਆਂ ਜੀਆਂ ਕਰਨ। ਅੱਛਾ ਆਹੋ, ਜੂੰ ਗਰਮੀ ਸੀ ਤੇ ਹੁਣ ਅਸੀਂ ਆਖਣ ਦੇ 2 ਮਹੀਨੇ ਵੀ ਕੀਤੀਆਂ ਨਹੀਂ ਸੀ। ਚੱਲ ਭੈਣਾ, ਤੁਸੀਂ ਉੱਦਾਂ ਵੀ ਵਾਹ ਵਾਹ ਰਹਿੰਦੀਆਂ ਜੇ ਵਾਹ ਵਾਹ ਤੁਹਾਡੀ ਆਪਸ ਚ ਬਣਦੀ, ਚਲੋ ਮਹਾਰਾਜ ਦੇ ਘਰ ਨੂੰ ਸ਼ੁਕਰ ਕਰਦੀ ਆ, ਘਰ ਵਸਿਆ ਮੇਰੇ ਭਰਾ ਦਾ, ਮੇਰੇ ਪਿਓ ਹਨ, ਪਿਓ ਦਾ, ਮਾਂ ਦਾ, ਭੈਣਾ ਘਰ ਵਸਦਾ ਰਵੇ, ਹੋਰ ਕੀ ਚਾਹੀਦਾ ਮੈਨੂੰ ਤੇ ਹਮੇਸ਼ਾ ਹੀ ਹੁੰਦਾ ਤੁਹਾਡੇ ਵੱਲ। ਸਤਿ ਸ਼੍ਰੀ ਅਕਾਲ ਦੀਦੀ, ਸਤਿ ਸ਼੍ਰੀ ਅਕਾਲ। ਤੁਸੀਂ ਕਦੋਂ ਦੇ ਆਏ? ਮੈਂ ਤੇ ਉੱਥੋਂ ਹੋ ਹੀ ਗਏ ਤਾਂ 15 ਦਿਨ। ਅੱਛਾ
ਹੋਰ ਸੁਣਾਓ ਨਿਆਣਿਆਂ ਦੀ? ਵਧੀਆ ਵਧੀਆ, ਤੁਸੀਂ ਕਿੱਥੇ ਗਏ ਸੀਗੇ? ਮੈਂ ਪੁੱਛਿਆ ਜੀ, ਮੈਂ ਇੱਧਰ ਗਾਂਢੀਆਂ ਲਗਈ ਹਾਂ, ਗੰਢੇ ਜੇ ਮੁੱਕੇ ਤੇ ਮੈਂ ਫੜ ਲਿਆ ਦੋ। ਹਾਏ, ਤੁਸੀਂ ਆਪਣੇ ਘਰ ਸੁੱਖ ਦਾ ਮੰਗਾਇਆ ਕਰੋ, ਇੱਥੇ ਚੰਗੇ ਲੱਗੀ ਤਾਂ ਕਿਸੇ ਦੇ ਘਰ ਮੰਗਦੇ? ਗਾਂਢੀਆਂ ਦਾ ਵੀ ਤਾਂ ਸੁੱਖ ਹੁੰਦਾ। ਦੇਖ ਘਰ ਚ ਬਰਕਤ ਆ, ਚਲੋ ਇਕੱਠੇ ਰਹਿੰਦੇ ਜੇ ਘਰ ਚ ਮਾਪੇ ਮਾਰ ਰੱਬ ਵਸਦਾ ਹੁੰਦੇ, ਜਿੱਥੇ ਵੀ ਘਰ ਚ ਇਕੱਠੇ ਰਹਿੰਦੇ ਹੋਏ ਤੇ ਪਾਕ ਹੋ ਗਏ। ਚਲੋ ਮੈਂ ਤੇ ਇਹੋ ਹੀ ਆਣੀ ਤੁਹਾਡੀ ਆਪਸ ਚ ਬਣਦੀ ਰਵੇ। ਮੇਰੇ ਮਾਂ ਦੇ ਕਰਮਾਂ ਚ ਸੁੱਖ ਨੀ ਸੀ ਹੈਗਾ, ਹੋਰ ਕੋਈ ਗੱਲ ਨੀ ਸੀ, ਸਭ ਠੀਕ। ਤੁਸੀਂ ਵੀ ਸਗੋਂ ਨਿਆਣੇ ਲੈ ਆਉਂਦੇ ਤੇ ਨਿਆਣੇ ਖੇਡ ਮੰਗ ਜਾਣਾ। ਤੁਹਾਨੂੰ ਪਤਾ ਮੇਰੇ ਬੱਚੇ ਨਹੀਂ ਚੀਜ਼ ਲਾਉਂਦੇ। ਮੰਮੀ ਕਰਾਵਾਂ ਕੁਝ? ਕੋਈ ਨੀ, ਗੰਡਾ ਗੁੰਡਾ ਚੀਰ ਮੈਂ ਚਲ ਕਰੀ ਆ, ਚੀਰ ਦੀ ਮੈਂ ਫਿਰ ਮੈਨੂੰ ਲੱਗਦੀ ਚੀਰ ਦੀ ਆ, ਮੈਂ ਕੜੀ ਬਹਿ ਜਾ ਮਾ ਕੋਲ। ਕੋਈ ਨੀ, ਪਹਿਲਾਂ ਪਹਿਲਾਂ ਕਰਦੀ ਤੇ ਕਰੀ ਦਿਆਂ ਕਰਕੇ ਤੂੰ ਕੱਲੀ ਨੂੰ ਕੰਮ।
ਲੱਸੀ ਮਾੜੀ ਨੀ ਕਿ ਹੋ ਚੱਲੀ ਕੁਛ ਨੀ ਹੁੰਦਾ ਕੰਮ ਕਰਨ ਦਿਆ ਕਰ ਐਵੇਂ ਪਖੰਡ ਜੇ ਕਰਦੀ ਰਹਿੰਦੀ ਮੁੜ ਕੇ ਏਦਾਂ ਹੀ ਭੂਏ ਚੜ ਜੂਗੀ ਲੈ ਦੀਦੀ ਸਭ ਅਸੀਂ ਰਲ ਕੇ ਰਹਿੰਦੀ ਹਾਂ ਜੇ ਐਡੋ ਪਾਰਟੀਆਂ ਦੇਈਏ ਤਾਂ ਤੁਹਾਨੂੰ ਆਪੇ ਦੁੱਖ ਹੋਣਾ ਤੁਹਾਨੂੰ ਸਭ ਖੁਸ਼ ਹੋਣਾ ਚਾਹੀਦਾ ਵੀ ਅਸੀਂ ਇੱਕੇ ਤਾਂ ਰਹਿੰਦੇ ਹਾਂ ਕੋਈ ਨੀ ਰਲਦੇ ਕਦੀ ਨਾ ਕੁਛ ਕੋਈ ਨੀ ਪੰਮੋ ਮੈਂ ਅੱਗੇ ਵੀ ਰਹਿ ਕੇ ਗਈ ਹਾਂ ਮੈਂ ਤਾਂ ਤੇਰੇ ਕੋਲ ਗੱਲ ਨਹੀਂ ਕੀਤੀ ਮੇਰੀਆਂ ਬੜੀਆਂ ਗੱਲਾਂ ਕਰਦੀ ਸਿਆਣੀ ਆ ਫਿਰ ਆਖੋ ਵੀ ਇਹਨਾਂ ਨਾਲ ਪੁਆੜੇ ਪਾਉਂਦੀ ਆ ਅੱਗੇ ਵੀ ਨੇ ਮੇਰੇ ਕੋਲ ਗੱਲਾਂ ਕੀਤੀਆਂ ਦੀਦੀ ਆ ਤੁਸੀਂ ਇਹਨੂੰ ਕਹਿ ਕੇ ਜਾਓ ਤੇ ਵੱਡੀ ਹੋਣ ਕਰਕੇ ਮੇਰੇ ਤੇ ਉਹ ਕੰਬੜੇ ਚਲਾਉਂਦੀ ਆ ਮੇਰੇ ਤੇ ਕੰਮ ਇੱਦਾਂ ਕਰਦੀ ਆ ਜੇ ਇਹ ਸਾਰਾ ਕੁਛ ਇਹ ਰੱਖਦੀ ਢੱਕਦੀ ਆ ਇੱਦਾਂ ਇੱਦਾਂ ਕਰਕੇ ਬੜੀਆਂ ਮੇਰੇ ਕੋਲ ਗੱਲਾਂ ਕਰਦੀ ਰਹੀ ਮੈਂ ਤਾਂ ਡਰਦੀ ਨੇ ਗੱਲ ਨਾ ਕੀਤੀ ਮੈਂ ਮੁੜ ਕੇ ਆਖਣਗੇ ਨਨਾਣ ਆਈ ਤੇ ਪੁਆੜੇ ਪਾਲ ਜੀ ਭਰਾਵਾਂ ਦੇ ਘਰ ਹੀ ਖਰਾਬ ਕਰ ਗਈ ਆ ਤਾਂ ਕਿ ਤੈਨੂੰ ਆਖਿਆ ਬਹੁਤੀ ਭੂਏ ਨਾ ਚੜਾਇਆ ਕਰ ਜੇ ਕੰਮ ਕਰਦੀ ਕਰਨ ਦਿਆ ਕਰ ਨਾ ਮੈਨੂੰ ਨਾ ਦੀਦੀ ਯਕੀਨ ਨੀ ਕਿਸੇ ਗੱਲ ਤੇ ਮੈਂ ਨੀ ਮੰਨਦੀ ਵੀ ਪ੍ਰੀਤ ਮੇਰੀ ਐਵੇਂ ਦੀ ਕੋਈ ਗੱਲ ਕਰ ਜੀ ਨਾ ਨਾ ਤੈਨੂੰ ਤੇ ਯਕੀਨ ਹੀ ਹੈਨੀ ਨਾਲੇ ਬੇਇੱਜ਼ਤੀ ਕਰਾਉਂਦੀ ਰਹੀ ਆਖਰਾਂ ਦੀਆਂ ਗੱਲਾਂ ਕਰਦੀ ਮੈਨੂੰ ਆਂਦੀ ਤੁਸੀਂ ਏਦਾਂ ਭੂਏ ਚੜਾਇਆ ਵਾ ਹਰੇਕ ਗੱਲ ਇਹਨੂੰ ਤਾਂ ਪੁੱਛ ਕੇ ਕਰਦੇ ਜੇ ਉਹ ਅਜੇ ਆ ਤੁਸੀਂ ਇਹਨੂੰ ਸਮਝਾ ਲਓ ਮਾੜਾ ਜਿਹਾ ਫਿਰ ਮੈਂ ਮਿਲ ਲਓ ਤੇ ਲੋਕ ਦੋਸਤੀ ਹੈ ਮੈਂ ਨੀ ਮੰਨਦੀ ਗੱਲ ਫਿਰ ਮੈਂ ਨਾ ਦੀਦੀ ਗੰਢਾ ਚੀਰ ਦੇਗੀ ਤੁਹਾਡੇ ਵਾਸਤੇ ਕਰਦੀ ਲਾਗੋ ਨਾਲ ਕੁਛ ਤਰ੍ਹਾਂ ਦੀ ਤਰ੍ਹਾਂ ਨਹੀਂ ਕੰਮ ਕਰ ਲਿਆ ਕਰ ਬਾਅਦ ਚ ਬੁੜਬੜ ਬਹੁਤ ਕਰਦੀ ਆ ਕੋਲੋਂ ਕੰਮ ਆਪ ਕਰਾ ਦਿਆ ਕਰ ਨਾਲੇ ਪਤਾ ਕਿੰਨੀਆਂ ਗੱਲਾਂ ਬਾਅਦ ਚ ਕਰਦੀ ਮੈਨੂੰ ਕਰਨਾ ਪੈਂਦਾ ਮੂੰਹ ਦੀ ਮਿੱਠੀ ਰਹਿੰਦੀ ਆ ਵਿੱਚ ਬੜੀ ਖੋਟ ਹੀ ਮੰਨਦੇ ਜੀ ਕੀ ਪਤਾ ਪਤਾ ਲੱਗੂ ਮੈਂ ਲਿਆ ਚੀਰਾਂ ਵੱਖੋ ਵੱਖ ਮਿਲਿਆ ਕਰੂਗਾ ਇਹਨਾਂ ਨੂੰ ਪੱਟੀਆਂ ਨੂੰ ਮੈਂ ਕਦੀ ਵੀ ਨੀ ਲੈਣ ਦਿੰਦੀ ਗੀ ਹੁਣ ਨਾ ਤੁਜੀ ਨੂੰ ਲਾਹੂ ਚਵਾਤੀ ਵੇਖੀ ਨਾ ਇਹਨਾਂ ਚ ਮੈਂ ਪਾੜਕ ਪਾਏ ਤੇ ਸਤੇ ਰੱਖੀ ਹੋ ਗਿਆ ਇਹਨੂੰ ਅਸਰ ਦਿਮਾਗ ਤੇ ਥੋੜਾ ਥੋੜਾ ਰਹਿੰਦਾ ਹੋਰ ਕਰ ਦੂ ਕੋਈ ਗੱਲ ਨੀ ਇੱਥੇ ਹੀ ਤਾਂ ਵੀ ਮੈਂ ਨਿਆਣੇ ਨੂੰ ਛੱਡ ਕੇ ਹੀ ਆਈ ਹਾਂ ਨਿਆਣੇ ਨੀ ਮੈਨੂੰ ਤਾਂ ਜਿਹੜਾ ਕੰਮ ਮੈਂ ਕਰਨ ਵਾਸਤੇ ਆਉਣੀ ਉਹ ਨੀ ਕਰਨ ਦਿੰਦੇ ਮੈਨੂੰ ਅਸਰ ਉਹਦੇ ਅੰਦਰ ਜਾ ਕੇ ਸੋਚਾਂ ਦੇ ਪਈ ਚੱਲ ਮੈਂ ਦੂਜੀ ਵੇਖ ਕੀ ਕਰਦੀ ਨੀ ਭੈਣਾ ਚੱਪਲਾਂ ਦਓ ਕੋਈ ਮੈਨੂੰ ਕੁਛ ਨੀ ਦੀਦੀ ਸਕੂਲੇ ਜਾਣਾ ਹੀ ਕੁੜੀ ਨੇ ਤੇ ਕਹਿੰਦੇ ਮੈਂ ਚੱਲ ਕੱਪੜੇ ਪ੍ਰੈਸ ਕਰਦਾ ਕੁੜੀ ਦੇ ਤੇ ਨਾਲੇ ਜੋੜ ਜਾਣਦਾ ਵਾ ਚੰਗੀ ਤਰ੍ਹਾਂ ਤਾਂ ਇਹ ਲਾਦਾ ਹਾਂ ਜੀ ਕੁੜੀ ਉਹਦੀ ਨੇ ਜਾਣਾ ਪ੍ਰੈਸ ਕਿਉਂ ਕਰਦੀ ਫਿਰ ਕੀ ਦੀਦੀ ਕੁੜੀ ਉਹਦੀ ਦਸਮੀਰੀ ਚ ਕੋ ਫਰਕ ਹੈ ਲੈ ਦੱਸ ਆਖਰਾਂ ਦੀਆਂ ਗੱਲਾਂ ਕਰਦੀ ਅੱਗੇ ਮੈਂ ਰਹਿ ਕੇ ਗਈ ਪਤਾ ਕਿੰਨੀਆਂ ਗੱਲਾਂ ਤੇਰੀਆਂ ਕਰਦੀ ਸੀ ਮੈਂ ਤਾਂ ਡਰਦੀ ਨੇ ਨਾ ਹੀ ਨੀ ਲਿਆ ਗਾ ਤੁਹਾਨੂੰ ਭੁਲੇਖਾ ਹੋਣਾ ਦੀਦੀ ਉਹ ਨੀ ਮੇਰੇ ਬਾਰੇ ਕੋਈ ਗੱਲ ਕਰਦੀ ਪਤਾ ਕਿੰਨੇ ਚੰਗੇ ਉਹ ਤੇ ਕਿਤੇ ਮੇਰੇ ਸਾਈ ਸਾਹ ਲੈਂਦੇ ਅਕਲ ਦੇ ਪਰਦਾ ਪਾਇਆ ਕਿਤੇ ਇਹਨੂੰ ਅਗਰ ਪਲਾ ਵੀ ਬੜੀਆਂ ਗੱਲਾਂ ਕਰਦੀ ਸੀ ਮੈਂ ਤਾਂ ਅੱਗੇ ਗੱਲ ਨੀ ਕੀਤੀ ਮੈਂ ਕਿਹਾ ਮੁੜ ਕੇ ਆਪਣੇ ਨਨਾਣ ਲਾਈ ਤੇ ਪੁਆੜੇ ਪਾ ਗਈ ਆ ਉਹ ਆਦੀ ਆ ਨਿੱਕੀ ਤੇ ਬਾਹਲੀ ਤਿੱਖੀ ਆ ਐਂ ਕਰਦੀ ਆ ਉਹ ਕਰਦੀ ਜਿੰਨਾ ਜਿਆਦਾ ਗੁੱਸੇ ਗੱਸੇ ਚ ਮਾੜਾ ਹੋ ਭੈਣਾ ਗੱਲ ਤੇ ਸੁਣ ਲੈ ਵਿੱਚੇ ਬੋਲਣ ਲੱਗ ਪਈ ਸੀ ਮੇਰੀ ਗੱਲ ਤੇ ਪੂਰੀ ਹੋਣ ਦੇ ਵਿੱਚੇ ਬੋਲੀ ਜਾਂਦੀ ਦੱਸੋ ਦੱਸੋ ਜੀ ਤੇ ਉਹ ਬੜੀਆਂ ਗੱਲਾਂ ਕਰਦੀ ਸੀਗੀ ਆਂਦੀ ਨਿੱਕੀ ਜਿਹੜੀ ਬਾਹਲੀ ਤਿੱਖੀ ਆ ਇਹ ਕੰਮ ਨੀ ਕਰਦੀ ਜੱਜ ਨਾਲ ਦੀਦੀ ਦੀਦੀ ਕਰਕੇ ਮੇਰੇ ਕੋਲ ਕੰਮ ਕਰਾ ਲੈਂਦੀ ਆ ਆਖਰਾਂ ਦੀਆਂ ਭੈਣੇ ਉਹ ਗੱਲਾਂ ਕਰਦੀ ਸੀਗੀ ਮੈਂ ਤਾਂ ਤੇਰੇ ਕੋਲ ਨਾ ਨੀ ਲਿਆ ਮੈਂ ਮੁੜ ਕੇ ਆਪਣੀ ਨਨਾਣ ਆਈ ਪੁਆੜੇ ਪਾ ਗਈ ਮੈਨੂੰ ਕੀ ਲੋੜ ਤੁਹਾਡੇ ਚ ਪੁਆੜੇ ਪਾਉਣ ਦੀ ਪਰ ਬਹੁਤ ਗੱਲਾਂ ਕਰਦੀ ਆਪਣਾ ਥੋੜਾ ਜਿਹਾ ਸੰਭਲ ਕੇ ਚੱਲੀ
ਤੂੰ ਗੱਲਾਂ ਬਹੁਤ ਤੈਨੂੰ ਕਰਦੀ ਓ ਦੀਦੀ ਵੇਖਣ ਨੂੰ ਤਾਂ ਬਹੁਤ ਕਰਦੇ ਹੋ ਮੇਰੇ ਨਾਲ ਉੱਤੋਂ ਤਾਂ ਬੜਾ ਕਰਦੇ ਉਹੀ ਮੂੰਹ ਦੀ ਮੀਸ ਨਹੀਂ ਆ ਉਹ ਮਿੱਠੀ ਆ ਮੂੰਹ ਦੀ ਮਿੱਠੀ ਮਨ ਚ ਪਤਾ ਕਿੰਨੀ ਖੋਟ ਰੱਖਦੀ ਆ ਉਹ ਮੈਂ ਜਦੋਂ ਮੇਰੇ ਕੋਲ ਗੱਲਾਂ ਕੀਤੀਆਂ ਪੁੱਛਣਾ ਕੀ ਕਰੂ ਰਹਿਣ ਦੇ ਤੈਨੂੰ ਆਪੇ ਪਤਾ ਲੱਗ ਜਾਣਾ ਜਦੋਂ ਇਹਨੇ ਵੇਖੀ ਏਦਾਂ ਕੀਤਾ ਪੁੱਛਣ ਪੱਛਣ ਵਾਲੀ ਗੱਲ ਨਾ ਕਰੀ ਤੂੰ ਤੇ ਮੇਰੀ ਸੁਣ ਗੱਲ ਹੁਣ ਵੇਖੀ ਇਹਨੇ ਆਪੇ ਤੇਰੇ ਨਾਲ ਕੰਮ ਤੋਂ ਤੇਰੇ ਤੇ ਗੱਲ ਕਰੂਗੀ ਤੈਨੂੰ ਸਮਝ ਲੱਗ ਜਾਣੀ ਮੈਨੂੰ ਆਂਦੀ ਵੀ ਹੁਣੇ ਹੀ ਅੱਡ ਕਰਾ ਕੇ ਜਾ ਤੈਨੂੰ ਮੈਂ ਦੱਸ ਵੀ ਮੈਂ ਆਪਣੇ ਪੇਕਿਆਂ ਦਾ ਘਰ ਕਿੱਦਾਂ ਅੱਡਾ ਜੇ ਆਪਣੇ ਹੱਥੀ ਕਰਾ ਜਾਵਾਂ ਦੀਦੀ ਜੇ ਇਹਨਾਂ ਦੀ ਗੱਲ ਹੈਗੀ ਮਾਈ ਜੀ ਸਿੱਧਾ ਮੈਨੂੰ ਆਣ ਕੇ ਕਹਿ ਤੁਹਾਨੂੰ ਕੋ ਕਹਿੰਦੇ ਉਹੀ ਨਾ ਮੈਨੂੰ ਫਿਰ ਸਾਂਝਾ ਬੰਦਾ ਸਮਝ ਕੇ ਕਹਿ ਦਿੰਦੇ ਪਰ ਇੱਕ ਗੱਲ ਤੈਨੂੰ ਸੌਂ ਹੀ ਪੁੱਛੀ ਨਾ ਉਹਨੂੰ ਤੈਨੂੰ ਆਪੇ ਪਤਾ ਲੱਗ ਜਾਣਾ ਸਾਰਾ ਤੈਨੂੰ ਆਪੇ ਪਤਾ ਲੱਗ ਜਾਣਾ ਜਦੋਂ ਉਹਨੇ ਗੱਲ ਕੀਤਾ ਤੈਨੂੰ ਆਪੇ ਪਤਾ ਲੱਗ ਜਾਣਾ ਚੱਲ ਮੈਂ ਬਾਹਰ ਬਹਿਨੀ ਇੱਥੇ ਗਰਮੀ ਬੜੀ ਹੈ ਮੈਂ ਤੇ ਸਮਝਿਆ ਸੀ ਵੀ ਤੇ ਚੰਗੀ ਬੜੀ ਆ ਅਸੀਂ ਤੇ ਭੈਣਾਂ ਭੈਣਾਂ ਵਾਂਗੂ ਰਹੀ ਨੇ ਮੈਂ ਤੇ ਕਦੀ ਦਿਲ ਚ ਫੋਟ ਲਿਆਦੀ ਨੀ ਮੇਰੇ ਮਨ ਚ ਨੀ ਉਹ ਤਾਂ ਪ੍ਰੀਤ ਏਦਾਂ ਵਰਸ ਗਈ ਸੀ ਉਹ ਚਲਾਕ ਨਿਕਲੀ ਪ੍ਰੀਤ ਤੇਰਾ ਦੀਦੀ ਦਾ ਭਲਾ ਹੋਵੇ ਦੀਦੀ ਆਪ ਹੀ ਤਾਂ ਗੱਲਾਂ ਕਰੀ ਜਾਂਦੇ ਅੱਜ ਸਬਜ਼ੀ ਬਣਾ ਲਈ ਸੀ ਮੇਰੇ ਤੇ ਕਦੋਂ ਹੀ ਮੇਰੇ ਲੱਗ ਗਿਆ ਕਿਉਂ ਮੈਂ ਹੋਰ ਵੀ ਤਾਂ ਕੰਮ ਕਰਨਾ ਪ੍ਰੀਤ ਨੇ ਸਾਰਾ ਕੰਮ ਤੇ ਕਰਨਾ ਹੀ ਆ ਮੈਂ ਹੋਰ ਵੀ ਨਹੀਂ ਕਿਹੜੀ ਕੇ ਕੰਮ ਕਈ ਕਰਨ ਵਾਲੇ ਆ ਕੁਛ ਨੀ ਹੋਇਆ ਮੈਨੂੰ ਤੂੰ ਕੰਮ ਕਰ ਲਾ ਜਦੋਂ ਜਿਹਨੇ ਕੰਮ ਕਰਨਾ ਪਵੇ ਸਾਰਾ ਉਹਨੂੰ ਏਦਾਂ ਹੀ ਖੁਸ਼ ਹੁੰਦਾ ਵਾ ਕੋਈ ਗੱਲ ਤਾਂ ਦੀਦੀ ਮੈਂ ਕੀਤੀ ਨੀ ਐਵੇਂ ਸਾਰਾ ਚੜਾਈ ਦੇ ਪੜਾ ਪਾਰਾ ਚੜਾ ਛੱਡ ਦੇ ਜਿਹੜੀ ਤਾਂ ਤੁਹਾਨੂੰ ਕਿਹਾ ਸੀ ਚੱਲ ਕੋਈ ਨੀ ਮੈਂ ਆਪੇ ਧਰ ਲੈਣੀ ਦੁੱਧ ਧਰਨਾ ਮੈਂ ਸੇਵੀਆਂ ਬਣਾ ਲੈਣੀ ਤੁਸੀਂ ਸਬਜ਼ੀ ਬਣਾ ਲਓ ਚੰਗੀ ਭਲੀ ਦੀਦੀ ਦੇ ਆਉਣ ਤੋਂ ਪਹਿਲਾਂ ਹੁਣ ਪਤਾ ਨੀ ਕੀ ਹੋ ਗਿਆ ਇਹਦਾ ਮਤਲਬ ਦੀਦੀ ਸਹੀ ਕਹਿ ਰਹਿੰਦਾ ਹੈ ਇਹਨਾਂ ਦੇ ਮਨ ਚ ਹੈਗੀ ਆ ਉਹ ਗੱਲ ਕਾਰ ਉਹਦੇ ਨਾਲ ਸ਼ੇਅਰ ਕਰ ਦਿੰਦੇ ਆ ਪਹਿਲੀ ਗੱਲ ਸੇਵੀਆਂ ਪਾ ਲੈਂਦੀ ਤੂੰ ਜਿਹੜਾ ਸਵੇਰ ਵਾਲਾ ਦੁੱਧ ਚ ਪਾ ਮੈਂ ਡੰਗਰ ਚੋਣ ਚੱਲੀ ਮੈਂ ਕਿਹਾ ਕੁਰਸੀ ਤੇ ਨੀ ਬਹਿ ਚੱਲੀ ਕੁਛ ਕਰ ਲਾ ਕੋ ਤੂੰ ਵੀ ਦੀਦੀ ਮੇਰਾ ਵੀ ਆਟਾ ਗੁੰਨਣ ਵਾਲਾ ਤੇ ਰੋਟੀਆਂ ਲਾਉਣ ਵਾਲੀਆਂ ਗਰਮੀ ਚ ਰੋਟੀਆਂ ਥੋੜੀ ਦੱਸਦੀਆਂ ਇੰਨਾ ਚਿਰ ਬਹਿ ਕੇ ਇਹ ਵੀ ਸੋਚੋ ਨਾ
ਡੰਗਰ ਤੇ ਇੱਕ ਮੱਝ ਚੋਰ ਨਹੀਂ ਕੱਟਦੀ ਆ ਤੇ ਫਿਰ ਜਿਹੜੀ ਉਹ ਆਈ ਉਹਨੂੰ ਬਿਠਾ ਦੇ ਚੁੱਲੇ ਖਾਲੀ ਜੇ ਬਹਿੰਦੀ ਆ ਦੀ ਹੁਣ ਪਾਣੀ ਪੀ ਕੇ ਮੈਂ ਤੇ ਬਣਾ ਕੇ ਦੀ ਮਰਜੀ ਵੇਖ ਲੈ ਜੀ ਹੁੰਦਾ ਹੀ ਕੁਝ ਤੇ ਕਰ ਜੇ ਮੈਂ ਚਲੀ ਡੰਗਰ ਚਲ ਜਾਓ ਫਿਰ ਮੈਂ ਭਾਂਡੇ ਨਹੀਂ ਉਹਦੇ ਕੋਲ ਬਣਾ ਲੈਣੀ ਜੇ ਇਹ ਪੈਕਟ ਫੜ ਦੇ ਮਾਰੋ ਸਾਰੇ ਇਹ ਪਤਾ ਨਹੀਂ ਕੀ ਵੱਧ ਕਰਦਾ ਹੈ ਕੱਲਾ ਮੈਨੂੰ ਡਾਇਆ ਮੈਂ ਸਬਜ਼ੀ ਜੀ ਕਰਦੀ ਹਾਂ ਤੇ ਗਾੜੀਆਂ ਸਗੋਂ ਖਿਆ ਮੈਂ ਰੋਟੀਆਂ ਪਕਾਉਣ ਲੱਗੀ ਮੇਰੇ ਤੋਂ ਨੀ ਕੱਸਦੀਆਂ ਗਰਮੀ ਵੇਖਿਆ ਨਿਕਲ ਆਇਆ ਨਾ ਮੂੰਹ ਚੋਂ ਸੱਚ ਮੈਂ ਝੂਠ ਥੋੜੀ ਮਾਰਿਆ ਹੈ ਤੇ ਉਹਦੇ ਆਈ ਕਿ ਪ੍ਰੀਤ ਚੰਗੀ ਬੜੀ ਹੈ ਪ੍ਰੀਤ ਉਹ ਬੜੀ ਮੈਂ ਝੂਠ ਨਹੀਂ ਸੀ ਮਾਰਦੀ ਦੀਦੀ ਮੈਂ ਵੀ ਤੁਹਾਨੂੰ ਝੂਠ ਕਿਉਂ ਮੰਨਾਂ ਅੱਜ ਤੱਕ ਤੇ ਸਾਡੇ 'ਚ ਕੋਈ ਗੱਲ ਨਹੀਂ ਸੀ ਹੋਈ ਕੱਦੀ ਨਹੀਂ ਸੀ ਮੂੰਹ ਦੀ ਮਿੱਠੀ ਰਹਿੰਦੀ ਸੀਗੀ ਅੱਜ ਤੈਨੂੰ ਕਹਿ ਦਿੱਤਾ ਨਾ ਮੈਂ ਰੋਟੀਆਂ ਪਕਾਉਣੀ ਆ ਉਹ ਕਰਦੀ ਪੜਾਸ ਕਾਢੀ ਦਿੱਤੀ ਮੰਨਦੀ ਆਹੋ ਵੀ ਚਲੋ ਹੁਣ ਤੁਸੀਂ ਆਏ ਆ ਫਿਰ ਕਿਹੜੀ ਗੱਲ ਆ ਕੇ ਦੁੱਧ ਤਾਂ ਧਰ ਲਓ ਮੈਂ ਹੁਣ ਡੰਗਰ ਚੋਂ ਨਹੀਂ ਉੱਥੇ ਦੁੱਧ ਤਾਂ ਧਰਨ ਵਾਲੀ ਕੋਈ ਚੀਜ਼ ਨਹੀਂ ਵੀ ਮੈਂ ਉੱਥੇ ਧਰ ਕੇ ਲੈ ਆਵਾਂ ਹੁਣ ਇਹਨੇ ਰਸੋਈ ਦਾ ਕਰਨਾ ਲੱਗ ਗਿਆ ਮੈਨੂੰ ਤਾਂ ਘੁੱਟ ਦੁੱਧ ਵੀ ਤਾਂ ਧਰ ਲੂਗਾ ਸੇਮੀਆਂ ਪਾ ਦੇ ਉਹਨੇ ਆਪਣੇ ਮਨ ਦੀ ਪਰਾਸ ਕੱਢੀ ਆ ਇਹ ਤਾਂ ਨਾ ਕਿ ਵੀ ਦੀਦੀ ਝੂਠ ਬੋਲਦੀ ਸੱਚ ਤਾਂ ਹੈਗਾ ਨਾ ਹੁਣ ਯਕੀਨ ਤੇ ਆ ਗਿਆ ਨਾ ਮੇਰੇ ਤੇ ਉਹ ਇਹ ਤੇ ਹੈਗਾ ਤੇ ਪਰ ਹੁਣ ਕੀ ਕਰੇ ਮਨ ਨੂੰ ਟੈਨਸ਼ਨ ਦੀ ਆ ਬੋਝ ਜਿਆ ਵੀ ਬੜਾ ਵਾ ਪਤਾ ਨਹੀਂ ਕਿਉਂ ਕਿ ਜਾਂ ਕੁਛ ਕੁਛ ਹੀ ਕੰਮ ਕਰ ਲੈਣਾ ਹੁਣ ਉਦਾਸ ਗਿਆ ਹੋ ਕੇ ਮਨ ਜਿਆ ਨਾ ਕੰਮ ਨੂੰ ਜੀ ਨਹੀਂ ਜਿੱਦਾਂ ਚਿੱਤ ਜਿਆ ਨਹੀਂ ਕਰਦਾ ਪਰ ਡੰਗਰ ਤੇ ਟੈਨਸ਼ਨ ਨਹੀਂ ਲੈਣੀ ਜਦੋਂ ਉਹ ਨਹੀਂ ਲੈਂਦੀ ਤੂੰ ਕਿਉਂ ਟੈਨਸ਼ਨ ਲੈਣੀ ਚੁੱਪ ਕਰਕੇ ਅੱਡ ਹੋ ਜਾ ਆਪਣੇ ਪਕਾਓ ਤੇ ਖਾਓ ਆਪੇ ਤੁਰੀ ਫਿਰੂਗੀ ਹਾਂ ਦੀਦੀ ਅੱਡ ਹੋ ਕੇ ਕੀ ਕਰਾਂ ਮੈਨੂੰ ਤੇ ਹਾਈ ਸਮਝ ਨਹੀਂ ਆਉਂਦੀ ਅੱਡ ਦੁਨੀਆ ਹੁੰਦੀ ਨਹੀਂ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਕੀ ਕਰਾਂਗੇ ਫਿਰ ਵੀ ਬਾਜ਼ਾਰ ਸਾਂਝੇ ਲੱਗੇ ਰਹਿੰਦੇ ਆ ਤੇ ਅੱਡ 'ਚ ਕੀ ਬਣੂਗਾ ਅਜਾ ਜਾ ਭੈਣਾ ਐਡਾ ਨਾ ਤੇਰੀ ਚੰਗੀ ਬਣਿਆ ਕਰ ਜੇ ਤੈਨੂੰ ਅਗਲੀ ਇੰਨੀ ਇੰਨੀਆਂ ਗੱਲਾਂ ਕਰਦੀ ਤੇ ਤੂੰ ਸਾਰੀ ਮੈਂ ਗੱਲਾਂ ਕਰਾਈ ਜਾਣੀ ਉਹ ਚੱਲ ਫਿਰ ਮੈਂ ਮੱਝ ਚੋ ਲਿਆ ਮੱਝ ਦੀ ਕੁਵੇਲਾ ਹੁੰਦਾ ਫਿਰ ਆ ਕੇ ਬੈਣੀ ਮੈਂ ਤੇਰੇ ਮੈਨੂੰ ਰੋਟੀ ਰਾਟੀ ਦਾ ਉਹ ਨਾਲੇ ਮੈਨੂੰ ਭੁੱਖ ਬਹੁਤ ਲੱਗੀ ਮੈਂ ਸਵੇਰ ਦੀ ਤੇ ਨਹੀਂ ਦੇ ਬਣਾਉਣਾ ਬਸ ਸਿਵੇਂ ਸੁਵੇਂ ਬਣਾ ਕੇ ਨਾਲ ਫੇਰ ਰੋਟੀ ਦਵਾਂਗੇ ਕਿ ਤੇ ਇਦਾਂ ਤੂੰ ਭੈਣਾ ਆਪਦੀ ਲੜਾਈ 'ਚ ਕਿਤੇ ਮੇਰੀ ਰੋਟੀ ਨਾ ਭੁੱਲ ਜਿਓ ਨਹੀਂ ਨਹੀਂ ਰੋਟੀ ਤੇਰੀ ਕਿਉਂ ਲੈ ਤੂੰ ਇਸ ਘਰ ਦਿੱਤੀ ਹੈ ਤੈਨੂੰ ਤਾਂ ਰੋਟੀ ਦਵਾਂਗੇ ਨਾ ਨਾ ਕਿ ਦਵਾਂਗੇ ਇੰਨੇ ਚਿਰ ਤਾਂ ਨਹੀਂ ਤੇ ਮਾੜਾ ਖਵਾਇਆ ਸੀ ਹੁਣ ਤੈਨੂੰ ਮਾੜਾ ਖਵਾਵਾਂਗੇ ਹੋ ਗਏ ਸਰ ਹੁਣ ਪੈਣਗੇ ਪਟਾਕੇ ਇਹਨਾਂ ਦੇ ਇਹ ਪਹੁੰਚ ਗਈ ਭੂਰੀ ਚੜੀ ਸੀ ਦੀਦੀ ਦੀਦੀ ਮਹੀਨੇ ਮਹੀਨੇ ਹੁੰਦੀ ਰਹਿੰਦੀ ਹੁੰਦੀ ਸੀਗੀ ਹੁਣ ਸੁਣਾਏ ਨਾ ਮੈਂ ਇਹਨਾਂ ਨੂੰ ਅੱਡ ਕਰਾ ਕੇ ਜਾਵਾਂ ਤੇ ਤੁਹਾਨੂੰ ਤਾਂ ਆ ਕੇ ਚੱਲ ਉਹ ਗਈ ਹੁਣ ਡੰਗਰ ਚੋਣ ਹੁਣ ਇਹਦੇ ਵੱਲ ਜਾਵਾਂ ਪੁਆੜੇ ਪਾਉਣੇ ਕਿਹੜਾ ਸੌਖੇ ਹੀ ਪਏ ਮੇਰੀਆਂ ਤਾਂ ਲੱਤਾਂ ਰਹਿ ਚੱਲੀਆਂ ਕਿੱਡੀ ਦੂਰੋਂ ਆਈ ਕਦੀ ਉਹਦੇ ਵੱਲ ਕਦੀ ਉਹਦੇ ਵੱਲ ਪਤਾ ਨਹੀਂ ਫਿਰ ਵੀ ਇਹਨਾਂ ਦੇ ਕੰਨ 'ਤੇ ਜੂ ਸਰਕਣੀ ਕਿ ਨਹੀਂ ਹਾਏ ਕੋਈ ਆ ਕੇ ਕਰਨ ਦੀ ਆ ਅਤੇ ਮੇਰੀ ਮੰਮਾ ਅਤੇ ਚਾਚੀ ਚਲ ਪਵਾੜੇ ਪਾਉਣ ਦੀ ਆ ਮੇਰੀ ਮੰਮਾ ਅਤੇ ਚਾਚੀ ਕਿੰਨਾ ਚੰਗਾ ਰਹਿੰਦੇ ਹੁੰਦੇ ਅਤੇ ਅੱਜ ਉਹਨਾਂ ਦੀ ਲੜਾਈ ਵੀ ਹੋ ਗਈ ਆ ਸਿਰਫ ਭੂਈ ਕਾਰਨ ਭੂਈ ਕਿੰਨਾ ਲੜਾਈਆਂ ਪਾਉਂਦੀ ਮੈਂ ਮੰਮਾ ਨੂੰ ਅਤੇ ਚਾਚੀ ਨੂੰ ਦੱਸ ਹੀ ਦੇਣਾ ਵਾ ਮੈਨੂੰ ਤਾਂ ਕੁੱਖ ਵੀ ਨਹੀਂ ਹੁੰਦੀ ਨਾ ਭੂਈ ਇਕੱਲੀ ਤੇਈ ਸੀ ਮੈਨੂੰ ਪਤਾ ਹੀ ਕਿ ਇਹਨੇ ਕੀਤਾ ਹੋਣਾ ਕੁਛ ਅਤੇ ਮੈਂ ਸਾਰੀਆਂ ਗੱਲਾਂ ਸੁਣੀਆਂ ਹੁਣ ਮੈਂ ਮੰਮਾ ਨੂੰ ਅਤੇ ਦੋਵਾਂ ਨੂੰ ਚਾਚੀ ਨੂੰ ਦੱਸ ਦਿੰਦਾ ਫਿਰ ਆਪੇ ਭੂਈ ਪੇਪਰ ਦੇਣਾ
ਕੋਈ ਨੀ ਮੇਰਾ ਹਜੇ ਪੁੱਤ ਕੰਮ ਬਥੇਰਾ ਪਿਆ ਵਾ, ਗੱਲਾਂ ਸੁਣਦਾ ਕਿੱਥੇ ਪੈਣ ਲੈ ਜਾਂਦਾ ਖਾਣ ਤੋਂ। ਕੀ ਕੰਮ ਬਈ ਫਿਰ ਚਾਚੀ? ਮੇਰੀ ਕੋਈ ਗੱਲ ਹੀ ਨੀ ਸੁਣਦਾ ਤੇ ਬਾਅਦ ਵਾਲਾ ਪਾ ਕੇ ਬਹਿ ਜਾਣਾ। ਆਸਮੀਨ ਪੁੱਤ, ਮੈਂ ਤੈਨੂੰ ਆਖਿਆ ਵੀ ਲਾਗੂ ਕੁਛ ਪੁੱਤ ਭੁਈ ਆਈਏ, ਪਰਾਹੁਣੇ ਆਏ ਉਦੋਂ ਕੁਛ ਕਰ ਲਿਆ ਕਰੋ। ਉੱਦਾਂ ਤੈਨੂੰ ਕਦੀ ਆਖਿਆ ਵਾ? ਮੈਨੂੰ ਤਾਂ ਇਹ ਫਿਕਰ ਲੱਗਾ ਵੀ ਕੰਮ ਕੰਮ ਸੇ ਕੰਮ ਕਰ ਲਿਆ ਕਰ। ਆਹ ਕੀ ਆ ਵੀ ਆਪਣਾ ਸਮਾਨ ਜਿਹਾ ਰੱਖ, ਚੁੱਕ ਹੁਣ ਕੁਛ ਕਰ ਲਾ ਲਾਗੂ। ਮੇਰੀ ਗੱਲ ਤੇ ਸੁਣਾ ਪੁੱਤ, ਗੱਲ ਮੈਂ ਤੈਨੂੰ ਆਖਿਆ ਵਿਹਲੀ ਆ ਕੇ ਸੁਣਾ ਕੇ, ਗੱਲ ਸੁਣਦੇ ਕਿੱਥੇ ਟਾਈਮ ਨੀ। ਤੈਨੂੰ ਪਤਾ ਤਾਂ ਹੈਗਾ ਜੇ ਪਰਾਹੁਣੇ ਆਏ ਕਿੰਨਾ ਕੰਮ ਵੱਧ ਜਾਂਦਾ ਘਰ ਦਾ। ਮੇਰੀ ਗੱਲ ਨੀ ਸੁਣਦੇ, ਮੈਂ ਚਾਚੀ ਨੂੰ ਕਹਿੰਦੀ। ਅਜੇ ਮੱਝ ਚੋ ਕੇ ਨੀ ਆਈ, ਆ ਕੇ ਸੁੱਟਿਆ। ਹੁਣ ਇਹਨੂੰ ਪਤਾ ਨੀ ਕੀ ਗੋਲੀ ਵੱਜ ਗਈ, ਉਹ ਬਾਹਰੋਂ ਆ ਗਈ ਤੇ ਉਹਨੇ ਕਹਿਣਾ ਜੇ ਸੇਵੀਆਂ ਨੀ ਧਰੀਆਂ, ਕਦੇ ਗੱਲਾਂ ਹੀ ਮਾਰਦੀ ਰਹੀ। ਜਾ ਮੈਂ ਡੱਬੀ ਕਹਾਂ ਕੁੜੀ ਨੂੰ, ਗਾਂਢੀਆਂ ਨੂੰ ਡੱਬੀ ਫੜ ਕੇ ਲਿਆਵੇ। ਕੀ ਕਰਦੇ ਪੰਮਾ? ਕੁਛ ਨੀ ਦੀਦੀ, ਵੇਖ ਲਓ ਰੋਟੀ ਪਕਾਉਣ ਰਹੀ ਆ। ਅੱਜ ਪੈ ਗਈ ਸਿਰ ਬੰਨ ਕੇ, ਪਤਾ ਨੀ ਕੀ ਹੋ ਗਿਆ ਵਾ, ਕੁਛ ਕਦੀ ਕੀਤਾ ਨੀ ਆਂਦੀ। ਤੂੰ ਉਹਦੇ ਮੇਰੀ ਗੱਲ ਤੇ ਯਕੀਨ ਨੀ ਸੀ ਕਰਦੀ ਗੀ, ਤੇ ਤੈਨੂੰ ਤੇ ਮੈਂ ਕਿਹਾ ਨਾ ਉਹ ਪਖੰਡ ਕਰਦੀ ਹੁੰਦੀ ਸੀ, ਗੱਲਾਂ ਕਰਦੀ ਤਾਂ ਹੀ ਮੈਂ ਤੈਨੂੰ ਕਹਿੰਦੀ ਹਾਂ। ਅਗਲੀ ਇਹ ਸੇਵੀਆਂ ਬਣਾ ਕੇ ਪਾਸੇ ਹੋਈ, ਰੋਜ਼ ਰੋਟੀਆਂ ਲਾਉਂਦੀ, ਜਦ ਤੈਨੂੰ ਰੋਟੀਆਂ 'ਚ ਗਰਮੀ 'ਚ ਲਾਉਣ ਡਾ ਦਿੱਤਾ ਉਹਨੇ। ਪਹਿਲਾਂ ਤਾਂ ਚੰਗੀ ਭਲੀ ਸੀਗੀ। ਦੀਦੀ ਮੈਂ ਤੁਹਾਨੂੰ ਜਾਣਨਾ ਥੋੜੀ ਲੈਂਦੀ ਵੀ ਤੁਸੀਂ ਕੁਝ ਕਰਤਾ ਵਾ, ਕੰਮ ਕਰੀ ਜਾਂਦੀ ਰਹਿੰਦੀ, ਮੈਂ ਤਾਂ ਤੇਰਾ ਫਾਇਦਾ ਹੀ ਸੋਚਿਆ। ਨਹੀਂ ਸ਼ਰਮ ਕੀਤੀ ਵੀ ਦੀਦੀ ਘਰ ਆਏ ਆ ਤੇ ਮੈਂ ਕੋਈ ਕੰਮ ਕੁੰਮ ਹੀ ਕਰਨਾ। ਬੜਾ ਚਾਹ ਸੀ ਪਨੀਰ ਮੰਗਾਈਏ, ਉਹ ਕਰੀ ਪਤਾ ਨੀ ਕੀ ਕੇ ਜਾਪੀ ਉਹਨੂੰ ਹੋ ਗਿਆ, ਮੈਂ ਤੇ ਫਿਰ ਪਕਾਉਣੀ ਨਹੀਂ। ਤੈਨੂੰ ਮੈਂ ਤਾਂ ਇਹਨੂੰ ਆਖਿਆ ਚੁੱਪ ਕਰਕੇ ਆਪਣੀਆਂ ਅੱਡ ਪਕਾਉਣਾ, ਹੁਣ ਤੂੰ ਗਰਮੀ 'ਚ ਡਈ ਆ ਪਰ ਮਾਂ ਨਾ ਸਿਰ ਬੰਨ ਕੇ ਸੁੱਤੀ, ਉਹਦਾ ਕੀ ਫਾਇਦਾ? ਇਹ ਤਾਂ ਤੂੰ ਹੀ ਆ ਦੀਦੀ, ਫਿਰ ਕਰਕੇ ਲਿਆ ਉਹਨੂੰ ਬਾਹਰ ਕੇ। ਨਹੀਂ ਮੈਂ ਤੇ ਤਾਂ ਹੀ ਕਰਾਵਾਂ ਨਾ, ਜੇ ਤੁਸੀਂ ਚਾਹੁੰਦੀਆਂ ਜੀ ਵੀ ਮੈਂ ਅੱਡ, ਤੁਸੀਂ ਅੱਡ ਹੋਣਾ ਚਾਹੁੰਦੀਆਂ ਜੀ ਤਾਂ ਫੇਰ ਹੀ ਕਰਾਵਾਂ ਮੈਂ। ਚੱਲ ਕੋਈ ਨੀ ਪਕਾ ਰੋਟੀਆਂ, ਮੈਂ ਤਾਂ ਤੁਹਾਨੂੰ ਹੁਣ ਅੱਡ ਕਰਾ ਕੇ ਜਾਊਂਗੀ। ਰੋਟੀ ਪਕਾ ਦੇ, ਮੈਨੂੰ ਭੁੱਖ ਬਹੁਤ ਲੱਗੀ ਆ। ਬਹੁਤ
ਕੀ ਕਰਾਂ ਦੀ ਮੈਨੂੰ ਆਪ ਵੀ ਦਿੱਤਾ ਤੇ ਕਰਾ ਦੇ ਮਨ ਵੀ ਨਹੀਂ ਕਰਦਾ ਪਿੱਛੋਂ ਆਪ ਹੁਣ ਪਰ ਉਹਨੇ ਵੀ ਤਾਂ ਹੱਥ ਹੀ ਕਰਦੀ ਹੈ ਪਤਾ ਨਹੀਂ ਕੀ ਉਹਨੂੰ ਹੋਇਆ ਵਾ ਹੋ ਜਾਣਾ ਜੇ ਅੱਟ ਕਹਿੰਦੇ ਜਾ ਕੇ ਹੋ ਜਾਣਾ ਹੋਣਾ ਹੀ ਸਾਰੇ ਹੀ ਹੁੰਦੇ ਆ ਇਹ ਅੱਟ ਦੇ ਹੁਣ ਹੀ ਹੋ ਜਾਣਗੇ ਕਿਹੜੀ ਗੱਲ ਹੱਥ ਧੋਣਾ ਹੀ ਭੈਣਾ ਫਿਰ ਹੁਣ ਏਦਾਂ ਡੇਲੀ ਤੇ ਮੇਰੇ ਤੋਂ ਕੰਮ ਨਹੀਂ ਹੋਣਾ।